स्टूडेंट्स वेलकम बैक टू माय चैनल आवर टुडेस टॉपिक इज फाउंडेशनज ऑफ करिकुलम पाठक्रम ਦੇ ਆਧਾਰ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਮੇਨ ਪੁਆਇੰਟ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਪਹਿਲਾ ਹੈ ਫੋਰ ਮੇਨ ਫਾਊਂਡੇਸ਼ਨਸ ਦੂਸਰਾ ਹੈ ਡਾਲਸ categories ਤੀਸਰਾ ਹੈ ਫਿਲਾਸਫੀਕਲ ਫਾਊਂਡੇਸ਼ਨਸ ਸਭ ਤੋਂ ਪਹਿਲਾਂ ਅਸੀਂ ਜੋ ਫਰਸਟ ਪੁਆਇੰਟ ਹੈ ਫੋਰ ਮੇਨ ਫਾਊਂਡੇਸ਼ਨਸ ਕਿਹੜੀਆਂ-ਕਿਹੜੀਆਂ ਨੇ? ਸੋਸ਼ਲ ਫੋਰਸਸ ਸਮਾਜਿਕ ਤਾਕਤਾਂ, ਹਿਊਮਨ ਡਿਵੈਲਪਮੈਂਟ ਮਨੁੱਖੀ ਵਿਕਾਸ, ਨੇਚਰ ਆਫ ਲਰਨਿੰਗ ਸਿੱਖਣ ਦੀ ਪ੍ਰਕਿਰਤੀ, ਨੇਚਰ ਆਫ ਨੌਲੇਜ ਐਂਡ ਕਾਗਨੀਸ਼ਨ ਗਿਆਨ ਅਤੇ ਬੁੱਧੀ ਦੀ ਪ੍ਰਕਿਰਤੀ। ਹੁਣ ਜਿਹੜੇ ਇਹ ਚਾਰ ਮੇਨ ਫਾਊਂਡੇਸ਼ਨਸ ਦੇ ਵਿੱਚ ਆਉਂਦੇ ਨੇ ਪੁਆਇੰਟਸ ਅਸੀਂ ਇਕੱਲੇ-ਇਕੱਲੇ ਨੂੰ ਡਿਸਕਸ ਕਰਾਂਗੇ ਤਾਂ ਜੋ ਤੁਹਾਨੂੰ ਸਹੀ ਤਰੀਕੇ ਨਾਲ ਜਿਹੜਾ ਟੌਪਿਕ ਹੈ ਉਹ ਕਲੀਅਰ ਹੋ ਸਕੇ। ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਤਰੀਕੇ ਨਾਲ ਇਹਦੀ ਜਿਹੜੀ ਫਿਗਰ ਹੈ ਉਹ ਵੀ ਬਣਾ ਸਕਦੇ ਹੋ ਤਾਂ ਕਿ ਤੁਸੀਂ ਇਹਨੂੰ ਪੇਪਰ ਦੇ ਵਿੱਚ ਬਹੁਤ ਅੱਛਾ ਰਿਪਰੈਜ਼ੈਂਟ ਕਰ ਸਕੋ ਹੁਣ ਇਹ ਕਰਿਕੂਲਮ ਹੈ ਸੋਸ਼ਲ ਫੋਰਸਸ ਹਿਊਮਨ ਡਿਵੈਲਪਮੈਂਟ ਨੇਚਰ ਆਫ ਨੋਲੇਜ ਐਂਡ ਕਾਗਨੀਸ਼ਨ ਨੇਚਰ ਆਫ ਲਰਨਿੰਗ ਇਸ ਤਰੀਕੇ ਨਾਲ ਤੁਸੀਂ ਇਹਨੂੰ ਡਰਾ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੋਸ਼ਲ ਫੋਰਸਸ ਕੀ ਹੁੰਦੀਆਂ ਨੇ ਸਾਰੇ ਜਿਹੜੇ ਸਮਾਜ ਨੇ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਤਰੱਕੀ ਕਰਨ ਦੇ ਲਈ ਇਛੁਕ ਹੁੰਦੇ ਨੇ ਇਸ ਲਈ ਉਹ ਆਪਣਾ ਜਿਹੜਾ ਯੂਥ ਹੈ ਉਹਦੇ ਵਿੱਚ ਜਿਹੜਾ ਆਪਣਾ ਕਲਚਰ ਹੈ ਜਿਹੜੀਆਂ ਵੈਲਿਊਜ਼ ਨੇ ਉਹ ਡਿਵੈਲਪ ਕਰਨ ਦੀ ਜਿਹੜੀ ਕੋਸ਼ਿਸ਼ ਨੇ ਉਹ ਕਰਦੇ ਰਹਿੰਦੇ ਨੇ ਹੁਣ ਜੇਕਰ ਅਸੀਂ ਬੱਚਿਆਂ ਦੇ ਵਿੱਚ ਵਧੀਆ ਜਿਹੜੀਆਂ ਵੈਲਿਊਜ਼ ਨੇ ਵਧੀਆ ਜਿਹੜਾ ਕਲਚਰ ਹੈ ਉਹ ਡਿਵੈਲਪ ਕਰਨਾ ਚਾਹੁੰਦੇ ਆ ਤਾਂ ਇਹਦੇ ਲਈ ਜਿਹੜੀ ਸਭ ਤੋਂ ਸ਼ਕਤੀਸ਼ਾਲੀ ਪਾਵਰਫੁਲ ਏਜੰਸੀ ਉਹ ਹੁੰਦਾ ਹੈ ਸਕੂਲ ਹਰੇਕ ਸਮਾਜ ਦੇ ਵਿੱਚ ਕੁਝ ਜਿਹੜੀਆਂ ਸੋਸ਼ਲ ਪਾਵਰਸ ਹੁੰਦੀਆਂ ਨੇ ਇਹ ਸਮਾਜਿਕ ਸ਼ਕਤੀਆਂ ਨੇ ਜਿਹੜੀਆਂ ਸਕੂਲਾਂ ਦੀ ਕਾਰਜ ਪ੍ਰਣਾਲੀ ਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਫੈਕਟ ਕਰਦੀਆਂ ਨੇ ਇਹਨਾਂ ਸਮਾਜਿਕ ਸ਼ਕਤੀਆਂ ਦਾ ਜਿਹੜਾ ਬਿੰਬ ਹੈ ਮੀਨ ਸਿੰਬਲ ਹੈ ਉਹ ਸਾਡੇ ਜਿਹੜੇ ਸਮਾਜਿਕ ਉਦੇਸ਼ ਨੇ ਸੱਭਿਆਚਾਰਕ ਸਮਾਨਤਾ ਹੈ ਅਨੇਕਤਾ ਹੈ ਸਾਡੀਆਂ ਸੋਸ਼ਲ ਚੇਂਜਸ ਨੇ ਸਾਡੇ ਜਿਹੜੇ ਸੋਸ਼ਲ ਦਬਾਅ ਨੇ ਪ੍ਰੈਸ਼ਰਸ ਨੇ ਭਵਿੱਖ ਦੀਆਂ ਯੋਜਨਾਵਾਂ ਨੇ ਤੇ ਜਿਹੜਾ ਸਾਡਾ ਸੱਭਿਆਚਾਰ ਹੈ ਉਹਦੇ ਕਨਸੈਪਟਸ ਦੇ ਵਿੱਚੋਂ ਇਹ ਚਲਕਦਾ ਏ ਸਾਡਾ ਜਿਹੜਾ ਅਸੀਂ ਸੋਸਾਇਟੀ ਦੀ ਗੱਲ ਕਰੀਏ ਇੱਕ ਮਲਟੀਕਲਚਰਲ ਸੋਸਾਇਟੀ ਹੈ ਤੇ ਇਹਦੇ ਵਿੱਚ ਜਿਹੜੀਆਂ ਸੋਸ਼ਲ ਪਾਵਰਸ ਨੇ ਉਹ ਵੀ ਕਾਫੀ ਜਟਿਲਤਾ ਦੇ ਨਾਲ ਜਿਹੜੀਆਂ ਪੈਦਾ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਤੇ ਜਿਹੜਾ ਰਾਸ਼ਟਰੀ ਸਿੱਖਿਆ ਪ੍ਰਣਾਲੀ ਨੈਸ਼ਨਲ ਐਜੂਕੇਸ਼ਨ ਸਿਸਟਮ ਹੈ ਉਹ ਵੀ ਇੱਕ ਨੈਸ਼ਨਲ 커ਰੀਕੂਲਮ ਫਰੇਮਵਰਕ ਦੇ ਉੱਪਰ ਆਧਾਰਿਤ ਹੁੰਦੀ ਹੈ 1986 ਦੀ ਜਿਹੜੀ ਅਮੈਂਡਮੈਂਟ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਜਿਹਦੇ ਵਿੱਚ ਜਿਹੜੀ ਫਲੈਕਸੀਬਲ 엘ਿਮੈਂਟਸ ਨੇ ਉਹਨਾਂ ਤਹਿਤ ਇੱਕ ਜਿਹੜਾ ਸਾਂਝਾ ਕੇਂਦਰ ਹੋਵੇਗਾ ਤੇ ਇਹਨਾਂ ਦੇ ਵਿੱਚ ਸਾਡਾ ਜਿਹੜਾ ਇਹ ਆਜ਼ਾਦੀ ਦਾ ਇਤਿਹਾਸ ਹੋ ਗਿਆ ਸਾਡਾ ਜਿਹੜਾ ਨੈਸ਼ਨਲ ਆਈਡੈਂਟੀਟੀ ਹੈ ਇਹਦੇ ਲਈ ਸੰਵਿਧਾਨਿਕ ਜ਼ਿੰਮੇਵਾਰੀਆਂ ਤੇ ਜਿਹੜੇ ਹੋਰ ਜ਼ਰੂਰੀ ਤੱਤ ਨੇ ਇਹਦੇ ਵਿੱਚ ਉਹ ਸ਼ਾਮਿਲ ਹੋਣਗੇ ਜਿਹੜਾ ਕਿ ਸਾਂਝਾ ਕੇਂਦਰੀ ਪਾਠ ਕਰਮ ਹੋਏਗਾ ਕਾਮਨ ਸੈਂਟਰਲ ਕਰਿਕੂਲਮ ਹੁਣ ਇਹਦੇ ਵਿੱਚ ਜਿਹੜੇ ਵਿਸ਼ਾ ਖੇਤਰ ਇਹਨਾਂ ਦਾ ਜਿਹੜਾ ਨਿਰਮਾਣ ਹੈ ਉਹ ਭਾਰਤ ਦੀ ਜਿਹੜੀ ਕਾਮਨ ਕਲਚਰਲ ਹੈਰੀਟੇਜ ਹੈ ਉਹਦੇ ਲਈ ਸਮਾਨ ਅਧਿਕਾਰਵਾਦ ਹੈ ਡੈਮੋਕ੍ਰੇਸੀ ਹੈ ਸੈਕੂਲਰਿਜ਼ਮ ਹੈ ਜਿਹੜੀ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹੁੰਨੇ ਆ ਵਾਤਾਵਰਣ ਦੀ ਸੁਰੱਖਿਆ ਹੋਗੀ ਜਿਹੜੀਆਂ ਸਾਡੀਆਂ ਸੋਸ਼ਲ ਪ੍ਰੋਬਲਮਸ ਨੇ ਸੋਸ਼ਲ ਹਿੰਡਰੈਂਸਸ ਆ ਰਹੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਦੀ ਪ੍ਰਵਿਰਤੀ ਦੇ ਉਦੇਸ਼ ਦੇ ਨਾਲ ਜਿਹੜੇ ਮੁੱਲ ਨੇ ਉਹਨਾਂ ਨੂੰ ਪਰਫੁੱਲਿਤ ਕੀਤਾ ਜਾਏਗਾ ਮੀਨਸ ਇਹਨਾਂ ਨੂੰ ਜਿਹੜੀਆਂ ਸੋਸ਼ਲ ਫੋਰਸਸ ਨੇ ਉਹ ਸਾਰੀਆਂ ਇਹਨਾਂ ਚੀਜ਼ਾਂ ਨੂੰ ਇਫੈਕਟ ਕਰਦੀਆਂ ਨੇ ਹੁਣ ਅਸੀਂ ਗੱਲ ਕਰਾਂਗੇ ਹਿਊਮਨ ਡਿਵੈਲਪਮੈਂਟ ਮਨੁੱਖੀ ਵਿਕਾਸ ਇਹ ਵੀ ਇੱਕ ਵਿਸ਼ੇਸ਼ ਡਿਸਪਲੀਨ ਅਨੁਸ਼ਾਸਨ ਹੈ ਜਿਹਨੂੰ ヒューਮਨ ਗ੍ਰੋਥ ਤੇ ਡਿਵੈਲਪਮੈਂਟ ਵੀ ਆਖਿਆ ਜਾਂਦਾ ਏ ਜਿਹੜੇ ਹਿਊਮਨ ਡਿਵੈਲਪਮੈਂਟ ਹੈ ਇਸ ਫੀਲਡ ਦੇ ਵਿੱਚ ਜਿਹੜਾ ਕੋਈ ਵੀ ਵਿਸਥਾਰ ਸਹਿਤ ਖੋਜ ਹੈ ਤੇ ਕੋਈ ਵੀ ਜਿਹੜੀ ਸਟੱਡੀ ਹੈ ਉਹ ਜਿਹੜੀ ਲਾਸਟ ਸੈਂਚਰੀ ਹੈ ਉਹਦੇ ਵਿੱਚ ਜਿਹੜੇ ਸਾਈਕੋਲੋਜਿਸਟ ਨੇ ਉਹਨਾਂ ਦੇ ਦੁਆਰਾ ਕੀਤਾ ਗਿਆ ਏ ਤੇ ਇਸ ਫੀਲਡ ਦੇ ਵਿੱਚ ਅੱਜ ਵੀ ਜਿਹੜੀਆਂ ਬਹੁਤ ਸਾਰੀਆਂ ਖੋਜਾਂ ਨੇ ਉਹ ਕੰਟੀਨਿਊਟੀ ਦੇ ਵਿੱਚ ਹੋ ਰਹੀਆਂ ਨੇ ਹਿਊਮਨ ਡਿਵੈਲਪਮੈਂਟ ਤੇ ਗ੍ਰੋਥ ਦੇ ਨਾਲ ਜਿਹੜੇ ਦੇ ਵਪਿੰਨ ਵਪਿੰਨ ਪੱਖ ਨੇ ਅਲੱਗ-ਅਲੱਗ ਪੱਖ ਨੇ ਉਹ ਅੰਸ਼ਿਕ ਤੌਰ ਤੇ ਮੀਨਸ ਥੋੜੇ-ਥੋੜੇ ਸਕੂਲਾਂ ਦੇ ਵਿੱਚ ਵੀ ਉਪਯੋਗ ਕੀਤੇ ਜਾ ਰਹੇ ਨੇ ਮੀਨਜ਼ ਬੱਚਿਆਂ ਦਾ ਜਿਵੇਂ ਲੈਵਲ ਦੇਖਣਾ ਹੈ ਬੱਚਾ ਕਿਸ ਤਰ੍ਹਾਂ ਦੀ এডੂਕੇਸ਼ਨ ਦੇਣੀ ਹੈ ਤਾਇਰ ਚ ਜਿਹੜੇ ਹਿਊਮਨ ਡਵੈਲਪਮੈਂਟ ਤੇ ਗਰੋਥ ਦੇ ਪਾਰਟਸ ਨੇ ਉਹਨਾਂ ਨੂੰ ਵਿੱਚ ਇਹਦੇ ਇਨਕਲੂਡ ਕੀਤਾ ਗਿਆ ਹੈ ਤੇ ਜਿਹੜੇ ਹੁਣ ਨਵੇਂ ਸਟੱਡੀਜ਼ ਹੋ ਰਹੀਆਂ ਨੇ ਨਵੇਂ ਜਿਹੜੇ ਰਿਸਰਚਸ ਹੋ ਰਹੀਆਂ ਨੇ ਉਹਨਾਂ ਨੇ ਸਾਨੂੰ ਬੱਚਿਆਂ ਬਾਰੇ ਉਹਨਾਂ ਦੇ ਜਿਹੜੇ ਵਿਕਾਸ ਦੇ ਸਟੈਪਸ ਨੇ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਤੇ ਗਰੋਥ ਦੇ ਸਟੈਪਸ ਨੇ ਉਹਨਾਂ ਬਾਰੇ ਸੋਚਣ ਦੇ ਲਈ ਮਜਬੂਰ ਕੀਤਾ ਹੈ ਕਿ ਜਿਹੜੇ ਬੱਚੇ ਨੇ ਉਹ ਹਾਊ ਟੂ ਥਿੰਕ ਕਿਵੇਂ ਸੋਚਦੇ ਹਨ ਤੇ ਉਹਨਾਂ ਦੀ ਜਿਹੜੀਆਂ ਵਿਸ਼ੇਸ਼ ਰੁਚੀਆਂ ਨੇ ਤੇ ਜਿਹੜੀ ਵਿਸ਼ੇਸ਼ ਜ਼ਰੂਰਤਾਂ ਨੇ ਉਹ ਕੀ ਨੇ ਹੁਣ ਜੇਕਰ ਬੱਚਿਆਂ ਨੂੰ ਛੋਟੀ ਉਮਰ ਵਾਲੇ ਬਾਲਗ ਮੰਨੀਏ ਤਾਂ ਇਹ ਠੀਕ ਨਹੀਂ ਹੋਏਗਾ ਕਿਉਂਕਿ ਬੱਚਾ ਅਲੱਗ-ਅਲੱਗ ਸਟੇਜਸ ਦੇ ਵਿੱਚ ਹੈ ਜਿਹੜੀ ਉਹਦੀ ਡਿਵੈਲਪਮੈਂਟ ਹੁੰਦੀ ਹੈ ਉਹਦੇ ਅਕੋਰਡਿੰਗ ਹੀ ਅਸੀਂ ਦੇਖ ਸਕਦੇ ਹਾਂ ਕਹਿ ਸਕਦੇ ਹਾਂ ਕਿ ਬੱਚਾ ਕਿੰਨਾ ਵੱਡਾ ਹੋ ਰਿਹਾ ਹੈ ਹੁਣ ਜਿਹੜਾ ਮਨੁੱਖੀ ਵਿਕਾਸ ਹੈ ਹਿਊਮਨ ਡਵੈਲਪਮੈਂਟ ਹੈ ਇਹ ਕਰਿਕੂਲਮ ਲਈ ਵੀ ਇੱਕ ਜਿਹੜਾ ਜ਼ਰੂਰੀ ਆਧਾਰ ਹੈ ਉਹ ਤਿਆਰ ਕਰਦਾ ਏ ਨੈਕਸਟ ਹੈ ਨੇਚਰ ਆਫ ਲਰਨਿੰਗ ਸਿੱਖਣ ਦੀ ਪ੍ਰਕਿਰਤੀ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜੇ ਸਾਈਕੋਲੋਜਿਸਟ ਨੇ ਸਕਾਲਰਸ ਨੇ ਇਹਨਾਂ ਦੇ ਦੁਆਰਾ ਜਿਹੜੀ ਨੇਚਰ ਆਫ ਲਰਨਿੰਗ ਹੈ ਉਹਦੇ ਉੱਪਰ ਵੀ ਕਾਫੀ ਤਰ੍ਹਾਂ ਦੀ ਜਿਹੜੀ ਸਟੱਡੀ ਉਹ ਕੀਤੀ ਜਾ ਰਹੀ ਹੈ ਜਿਹੜਾ ਹਿਊਮਨ ਬੀਇੰਗ ਹੈ ਤੇ ਸਿੱਖਣ ਦੇ ਢੰਗਾਂ ਬਾਰੇ ਜਿਹੜੀ ਜਾਣਕਾਰੀ ਹੈ ਉਹ 20th ਸੈਂਚਰੀ ਦੇ ਸਟਾਰਟਿੰਗ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਅਸੀਂ ਜੇਕਰ ਲਰਨਿੰਗ ਪ੍ਰੋਸੈਸ ਨੂੰ ਪੂਰੀ ਤਰ੍ਹਾਂ ਡਿਸਕ੍ਰਾਈਬ ਕਰਨ ਦੇ ਵਿੱਚ ਸਫਲ ਹਾਲੇ ਤੱਕ ਨਹੀਂ ਹੋਏ ਬਟ ਫਿਰ ਵੀ ਇਹਦੇ ਜਿਹੜੇ ਅਲੱਗ-ਅਲੱਗ ਐਸਪੈਕਟਸ ਨੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਜਿਹੜੀ ਖੋਜ ਹੈ ਉਹ ਚੱਲ ਰਹੀ ਹੈ ਤੇ ਇਸ ਦਿਸ਼ਾ ਦੇ ਵਿੱਚ ਅੱਜ ਵੀ ਬਹੁਤ ਸਾਰੇ ਜਿਹੜੇ ਐਫਰਟਸ ਨੇ ਕੀਤੇ ਜਾ ਰਹੇ ਨੇ ਤੇ ਇਹ ਜਿਹੜੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੋਈ ਵੀ ਸਿਧਾਂਤ ਦਿੱਤੇ ਜਾ ਰਹੇ ਨੇ ਪਾਠਕਰਮ ਦੇ ਮਾਹਿਰ ਉਹਨਾਂ ਸਿਧਾਂਤਾਂ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕਰਦੇ ਨੈਕਸਟ ਹੈ ਨੇਚਰ ਆਫ ਨੋਲੇਜ ਐਂਡ ਕਾਗਨੀਸ਼ਨ ਗਿਆਨ ਅਤੇ ਬੁੱਧੀ ਦੀ ਪ੍ਰਕਿਰਤੀ ਇਹ 4th ਤੇ ਜਿਹੜਾ ਲਾਸਟ ਹੈ ਫਾਊਂਡੇਸ਼ਨ ਆਫ ਕਰਿਕੂਲਮ ਅਦਾ ਆਈ ਮੀਨਸ ਜ਼ਰੂਰੀ ਵੀ ਹੈ ਇਹਦਾ ਜਿਹੜਾ ਸਰੋਕਾਰ ਹੈ ਇਹਦਾ ਜਿਹੜਾ ਸਬੰਧ ਹੈ ਉਹ ਨੋਲੇਜ ਤੇ ਬੁੱਧੀ ਦੇ ਨਾਲ ਹੈ ਇਹਦੇ ਜਿਹੜੇ ਆਧਾਰ ਦੇ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਗਿਆਨ ਨੂੰ ਸੂਚਨਾ ਦੇ ਨਾਲੋਂ ਵੱਖ ਕਰਦੀ ਹੈ ਗਿਆਨ ਹੁੰਦਾ ਹੈ ਨੌਲੇਜ ਸੂਚਨਾ ਹੁੰਦੀ ਹੈ ਕੋਈ ਵੀ ਇਨਫੋਰਮੇਸ਼ਨ ਮੀਨਜ਼ ਇਹ ਦੋਨੋਂ ਚੀਜ਼ਾਂ ਕਿਵੇਂ ਡਿਫਰੈਂਟ ਨੇ ਤੇ ਜਿਹੜੇ ਬੱਚੇ ਨੇ ਉਹ ਇਨਫੋਰਮੇਸ਼ਨ ਨੂੰ ਨੌਲੇਜ ਦੇ ਵਿੱਚ ਕਿਸ ਤਰੀਕੇ ਨਾਲ ਟਰਾਂਸਫਰ ਕਰਦੇ ਨੇ ਸਭ ਤੋਂ ਵੱਧ ਕੀਮਤੀ ਕਿਹੜਾ ਗਿਆਨ ਹੈ ਮੀਨਜ਼ ਕਿਹੜੀ ਅਸੀਂ ਨੌਲੇਜ ਨੂੰ ਸਭ ਤੋਂ ਵੱਧ ਇੰਪੋਰਟੈਂਟ ਮੰਨਦੇ ਹਾਂ ਪ੍ਰੀਸ਼ੀਅਸ ਕਿਹੜੀ ਹੈ ਤੇ ਜਿਹੜੀਆਂ ਸੋਚ ਪ੍ਰਕਿਰਿਆਵਾਨੀ ਮੀਨ ਜਿੱਥੇ ਬੱਚਾ ਸੋਚਦਾ ਏ ਉਹਨਾਂ ਦਾ ਜਿਹੜਾ ਨੀਚੇ ਰਹੋ ਕੀ ਹੋ ਜਾਏ ਜਿਹੜੀ ਚੀਜ਼ ਬਾਰੇ ਸੋਚਿਆ ਜਾ ਰਿਹਾ ਹੈ ਹੁਣ ਇਹ ਜਿਹੜੇ ਸਬੰਧ ਨੇ ਇਹ ਆਧਾਰ ਦੇ ਵਿੱਚ ਇਸ ਆਧਾਰ ਦੇ ਵਿੱਚ ਉਠਾਏ ਜਾਂਦੇ ਨੇ ਹੁਣ ਇਸ ਕਿਸਮ ਦੇ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਵਿੱਚ ਜਿਹੜੇ ਅਧਿਆਪਕ ਹੋਗੇ ਰਿਸਰਚ ਕਰਨ ਵਾਲੇ ਨੇ ਸਾਈਕੋਲੋਜਿਸਟ ਨੇ ਫਿਲਾਸਫਰ ਨੇ ਉਹ ਸਾਰੇ ਹੀ ਇੰਟਰਸਟ ਲੈਂਦੇ ਨੇ ਇਹਨਾਂ ਪ੍ਰਸ਼ਨਾਂ ਦੇ ਜਿਹੜੇ ਉੱਤਰ ਨੇ ਕਰੀਕੂਲਮ ਦੇ ਵਿੱਚ ਗਿਆਨ ਦੀ ਵਿਵਸਥਾ ਕਰਨ ਦੇ ਲਈ ਜਿਹੜੇ ਐਜੂਕੇਸ਼ਨਿਸਟ ਨੇ ਉਹ ਸਹਾਇੀ ਬਣ ਸਕਦੇ ਨੇ ਹੁਣ ਜਿਹੜੇ ਲਰਨਰਸ ਨੇ ਉਹ ਆਪਣੇ ਆ ਜਿਹੜੀਆਂ ਅਲੱਗ-ਅਲੱਗ ਉਹਨਾਂ ਦੇ ਸਿੱਖਣ ਦੇ ਸਟਾਈਲ ਨੇ ਸਟ੍ਰੈਟੈਜੀਜ਼ ਹੁੰਦੀਆਂ ਨੇ ਉਹਦੇ ਅਕੋਰਡਿੰਗ ਹੀ ਸਿੱਖਣਗੇ ਜਿਸ ਤਰ੍ਹਾਂ ਦਾ ਮੀਨਸ ਉਹਨਾਂ ਨੂੰ ਉਸੇ ਕਰਿਕੂਲਮ ਪ੍ਰੋਵਾਈਡ ਕਰਾਂਗੇ ਉਹ ਵਿਦਿਆਰਥੀਆਂ ਦੀਆਂ ਵੱਖ-ਵੱਖ ਤਰ੍ਹਾਂ ਦੇ ਜਿਹੜੀਆਂ ਸਿੱਖਣ ਦੇ ਸਟਾਈਲਸ ਨੇ ਲਰਨਿੰਗ ਸਟਾਈਲਸ ਨੇ ਉਹਨਾਂ ਦੇ ਅਨਸਾਰ ਸਿੱਖਣ ਦੇ ਲਈ ਜਿਹੜੇ ਹੋਰ ਵਿਕਲਪ ਨੇ ਉਹਨਾਂ ਨੂੰ ਪ੍ਰਦਾਨ ਕਰਨੇ ਜ਼ਰੂਰੀ ਨੇ ਸੈਕੰਡ ਪੁਆਇੰਟ ਇਹਦੇ ਵਿੱਚ ਹੈ ਡਾਲਸ ਕੈਟਾਗਰੀਜ਼ ਡਾਲ ਦੀਆਂ ਸ਼੍ਰੇਣੀਆਂ ਟੂ ਕੈਟਾਗਰੀਜ਼ ਔਨ ਦਾ ਬੇਸਿਸ ਆਫ ਕਰਿਕੂਲਮ ਪਲੈਨਿੰਗ ਕਿਹੜੇ-ਕਿਹੜੇ ਨੇ ਫਸਟ ਹੈ ਇੰਸਟੀਚੂਨਲ ਫਾਊਂਡੇਸ਼ਨਸ ਮੀਨਜ਼ ਸੰਸਥਾਈ ਆਧਾਰ ਦੂਸਰਾ ਹੈ ਫਾਊਂਡੇਸ਼ਨਸ ਦੈਟ ਅਫੈਕਟ ਪੀਪਲ ਡਾਇਰੈਕਟਲੀ ਲੋਕਾਂ ਉੱਪਰ ਪ੍ਰਤੱਖ ਤੌਰ ਤੇ ਪ੍ਰਭਾਵੀ ਆਧਾਰ ਹੁਣ ਅਸੀਂ ਇਹਨਾਂ ਦੋਵਾਂ ਨੂੰ ਡਿਸਕਸ ਕਰਦੇ ਹਾਂ ਜਿਹੜਾ ਇੰਸਟੀਚੂਨਲ ਫਾਊਂਡੇਸ਼ਨਸ ਨੇ ਮੀਨਜ਼ ਜਿਹੜਾ ਪਾਠ ਕਰਮਾ ਉਹ ਯੋਜਨਾਬੰਦੀ ਦੇ ਇੰਸਟੀਚੂਨਲ ਫਾਊਂਡੇਸ਼ਨਸ ਦੇ ਆਧਾਰਾਂ ਦੇ ਵਿੱਚ ਸ਼ਾਮਿਲ ਹੈ ਜਿਵੇਂ ਕਿ ਯੋਜਨਾਬੰਦੀ ਦਾ ਜਿਹੜਾ ਗਿਆਨ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡੋਮੇਨਸ ਨੇ ਖੇਤਰ ਹੋ ਗਏ ਸਕੂਲੀ ਸਥਿਤੀ ਦੀਆਂ ਵਿਸ਼ੇਸ਼ਤਾਵਾਂ ਹੋ ਗਈਆਂ ਜਿਹੜੇ ਸਾਡੇ ਕਰੰਟ ਟ੍ਰੈਂਡਸ ਨੇ ਤੇ ਮੁੱਦਿਆਂ ਦਾ ਪ੍ਰਭਾਵ ਕੋਈ ਵੀ ਜਿਹੜੀਆਂ ਸਟ੍ਰੈਟਜੀਆਂ ਨੇ ਜੋ ਪਲੈਨਿੰਗ ਦੇ ਵਿੱਚ ਉਪਯੋਗ ਕੀਤੀਆਂ ਜਾ ਰਹੀਆਂ ਨੇ ਉਹ ਸਾਰੀਆਂ ਕੀ ਨੇ ਇੰਸਟੀਚੂਨਲ ਫਾਊਂਡੇਸ਼ਨ ਦੇ ਅੰਡਰ ਆਉਂਦੀਆਂ ਨੇ ਤੇ ਨਾਲ ਹੀ ਜਿਹੜੇ ਲੋਕਾਂ ਨੂੰ ਡਾਇਰੈਕਟ ਤੌਰ ਤੇ ਇਫੈਕਟ ਕਰਨ ਵਾਲੀ ਪਾਠ ਕਰਮ ਹੈ ਜਿਹੜਾ ਯੋਜਨਾਬੰਦੀ ਦਾ ਆਧਾਰ ਵਿੱਚ ਕੀ ਕੁਝ ਸ਼ਾਮਿਲ ਹੈ ਮੀਨ ਜਿਹੜੇ ਵਿਦਿਆਰਥੀ ਨੇ ਤੇ ਅਧਿਆਪਕ ਨੇ ਉਹਨਾਂ ਦੀਆਂ ਜ਼ਰੂਰਤਾਂ ਜਿਹੜਾ ਲੋਕਲ ਕਰਿਕੂਲਮ ਹੈ ਕੋਈ ਸਮੱਸਿਆਵਾਂ ਆ ਰਹੀਆਂ ਨੇ ਜਿਹੜੇ ਪਲੈਨਿੰਗ ਕਰ ਰਹੇ ਨੇ ਕਰਿਕੂਲਮ ਨੂੰ ਉਹਨਾਂ ਦੀਆਂ ਯੋਗਤਾਵਾਂ ਮੀਨਜ਼ ਕਿਸ ਤਰ੍ਹਾਂ ਦੇ ਉਹਨਾਂ ਕੋਲ ਯੋਗਤਾ ਹੈ ਤੇ ਸਕੂਲ ਤੇ ਅੰਦਰੋਂ ਤੇ ਬਾਹਰੋਂ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੈ ਇਹ ਸਾਰੀ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਨੇ ਮੀਨਜ਼ ਇਹ ਜਿਹੜੇ ਦੋਵੇਂ ਆਧਾਰ ਨੇ ਉਹ ਪਾਠਕਰਮ ਯੋਜਨਾ ਪ੍ਰਕਿਰਿਆ ਨੂੰ ਮੀਨਜ਼ ਜਿਹੜਾ ਪਾਠਕਰਮ ਜਦੋਂ ਬਣਾਉਣਾ ਹੈ ਉਸ ਪ੍ਰਕਿਰਿਆ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਵੱਖਰੋ-ਵੱਖਰੀ ਅਮਾਊਂਟ ਦੇ ਵਿੱਚ ਵੱਖੋ-ਵੱਖਰੀ ਮਾਤਰਾ ਦੇ ਵਿੱਚ ਪ੍ਰਭਾਵਿਤ ਕਰਦੇ ਨੇ ਤੇ ਸਮੇਂ ਦੇ ਨਾਲ ਇਹ ਜਿਹੜੇ ਆਧਾਰ ਨੇ ਮੀਨਜ਼ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਅਲੱਗ-ਅਲੱਗ ਵੀ ਹੋ ਸਕਦੇ ਨੇ ਹੁਣ ਅਸੀਂ ਜਿਹੜਾ ਤੀਸਰਾ ਪੁਆਇੰਟ ਹੈ ਉਹ ਗੱਲ ਕਰਾਂਗੇ ਇਹਦੇ ਵਿੱਚ ਅਕੋਰਡਿੰਗ ਟੂ ਐਜੂਕੇਸ਼ਨਿਸਟਸ ਹੁਣ ਜਿਹੜੇ ਐਜੂਕੇਸ਼ਨਿਸਟ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਕਰਿਕੂਲਮ ਹੈ ਉਹਦੇ ਕਿਹੜੇ-ਕਿਹੜੇ ਫਾਊਂਡੇਸ਼ਨਸ ਨੇ ਚਾਰ ਹੈਗੀਆਂ ਸਭ ਤੋਂ ਪਹਿਲਾ ਹੈ ਫਿਲਾਸਫੀਕਲ ਫਾਊਂਡੇਸ਼ਨਸ ਮੀਨਜ਼ ਦਾਰਸ਼ਨਿਕ ਆਧਾਰ ਦੂਸਰਾ ਹੈ ਸੋਸ਼ੀਓਲੋਜੀਕਲ ਫਾਊਂਡੇਸ਼ਨਸ समाज शास्त्री आधार तीसरा है साइकोलॉजिकल फाउंडे मनोविग्ञानिक आधार चौथा है साइंटिफिक फाउंडे विज्ञानिक आधार हूँ असी सब तो पहले गल कर फिलोसोफिकल फाउंडे की सिक्ख्या जोड़ा सारा स्ट्रक्चर है वह फिलोसफी के उपर ही उसारिया गया है बनाया गया है जोड़ा फिलोसोफिकल फाउंडेषन है ये सिक्ख्या मुख्य आधार है ਮੁੱਖ ਬੇਸ ਹੈ ਸਿੱਖਿਆ ਦਾ ਮੀਨਸ ਕੋਈ ਨਾ ਕੋਈ ਜਿਹੜਾ ਉਹਦੀ ਫਿਲਾਸਫੀ ਹੈ ਦਰਸ਼ਨ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਇਹ ਕਰਿਕੂਲਮ ਲਈ ਵੀ ਟਰੂਥ ਹੈਕ ਕਰਿਕੂਲਮ ਦਾ ਨਿਰਮਾਣ ਜਿਹੜੇ ਕੋਈ ਵੀ ਫਿਲਾਸਫੀ ਹੈ ਉਹਦੇ ਉੱਪਰ ਹੀ ਆਧਾਰਿਤ ਹੋਣਾ ਚਾਹੀਦਾ ਹੈ ਹੁਣ ਕਿਸ-ਕਿਸ ਤਰ੍ਹਾਂ ਨੇ ਜਿਹੜੀਆਂ ਫਿਲਾਸਫੀਜ਼ ਨੇ ਜਿਨ੍ਹਾਂ ਦੇ ਉੱਪਰ ਅਸੀਂ ਜਿਹੜਾ ਕਰਿਕੂਲਮ ਹੈ ਉਹ ਬਣਾ ਸਕਦੇ ਹਾਂ ਹੁਣ ਜਿਵੇਂ ਕਿ ਪਹਿਲਾ ਹੈ ਆਈਡੀਅਲਿਜ਼ਮ ਆਦਰਸ਼ਵਾਦ ਦੂਸਰਾ ਹੈ ਨੈਚੁਰਲਿਜ਼ਮ ਪ੍ਰਕਿਰਤੀਵਾਦ ਤੀਸਰਾ ਹੈ ਰੀਅਲਿਜ਼ਮ ਯਥਾਰਤਵਾਦ ਚੌਥਾ ਹੈ ਐਕਸਪੈਰੀਮੈਂਟਿਜ਼ਮ ਪ੍ਰਯੋਗਵਾਦ ਤੁਸੀਂ ਵੈਸੇ ਫਿਲਾਸਫੀ ਦੇ ਵਿੱਚ ਪੜਿਆ ਵੀ ਹੋਇਆ ਕਿ ਆਈਡੀਅਲਿਜ਼ਮ ਕੀ ਹੁੰਦਾ ਹੈ ਨੈਚੁਰਲਿਜ਼ਮ ਕੀ ਹੁੰਦਾ ਹੈ ਰੀਅਲਿਜ਼ਮ ਕੀ ਹੈ ਤੇ ਐਕਸਪੈਰੀਮੈਂਟਲਿਜ਼ਮ ਕੀ ਹੈ ਹੁਣ ਇਹਨਾਂ ਦੇ ਅਕੋਰਡਿੰਗ ਜਿਹੜੀ ਐਜੂਕੇਸ਼ਨ ਹੈ ਉਹ ਅਲੱਗ-ਅਲੱਗ ਹੈ ਮੀਨ ਜਿਹੜੇ ਆਈਡੀਅਲਿਜ਼ਮ ਨੂੰ ਮੰਨਦੇ ਨੇ ਉਹਨਾਂ ਨੇ ਆਪਣੇ ਅਕੋਰਡਿੰਗ ਕਿਹਾ ਕਿ ਐਜੂਕੇਸ਼ਨ ਕੀ ਹੁੰਦੀ ਹੈ ਕਿਸ ਤਰ੍ਹਾਂ ਦੇਣੀ ਚਾਹੀਦੀ ਹੈ ਮੈਥਡਸ ਉਹਨਾਂ ਨੇ ਅਲੱਗ-ਅਲੱਗ ਦੱਸਿਆ ਨੈਚੁਰਲਿਜ਼ਮ ਵਾਲੇ ਨੇ ਆਪਣੇ ਅਕੋਰਡਿੰਗ ਆਪਣੇ ਵਿਊਜ਼ ਦਿੱਤੇ ਨੇ ਰੀਅਲਿਜ਼ਮ ਵਾਲਿਆਂ ਨੇ ਆਪਣੇ ਅਕੋਰਡਿੰਗ ਤੇ ਜੋ ਐਕਸਪੈਰੀਮੈਂਟਲਿਜ਼ਮ ਹੈ ਉਹਨਾਂ ਨੇ ਆਪਣੇ ਅਕੋਰਡਿੰਗ ਕਿਉਂਕਿ ਸਾਰਿਆਂ ਦੇ ਵਿੱਚ ਹੈਗਾ ਡਿਫਰੈਂਸ ਹੈ ਕਿ ਜਿਹੜੀ ਐਜੂਕੇਸ਼ਨ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮੀਨਸ ਕਿ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਆਧਾਰ ਹੈ ਉਹ ਕਰਿਕੂਲਮ ਤਿਆਰ ਕਰਨ ਲੱਗੇ ਵਿੱਚ ਦੇਖਿਆ ਜਾਂਦਾ ਹੈ ਕਿਉਂਕਿ ਜਿਹੜਾ ਕਰਿਕੂਲਮ ਹੈ ਉਹ ਫਿਲਾਸਫੀ ਜਾਂ ਜਿਹੜੀਆਂ ਇਹ ਬ੍ਰਾਂਚੇਜ਼ ਨੇ ਚਾਰ ਇਹਨਾਂ ਦੇ ਉੱਪਰ ਹੀ ਨਿਰਮਾਣ ਕੀਤਾ ਜਾਂਦਾ ਹੈ ਫਾਰਮੇਸ਼ਨ ਕੀਤੀ ਜਾਂਦੀ ਹੈ ਕਰਿਕੂਲਮ ਦੀ ਕਿਸੇ ਇੱਕ ਸ਼ਾਖਾ ਦੇ ਉੱਪਰ ਜੇਕਰ ਅਸੀਂ ਪਾਠ ਕਰਨ ਦਾ ਨਿਰਮਾਣ ਕਰੀਏ ਤਾਂ ਦੂਸਰੀ ਸ਼ਾਖਾ ਦੇ ਨਾਲ ਉਹਦੇ ਜਿਹੜਾ ਬਹੁਤ ਜ਼ਿਆਦਾ ਡਿਫਰੈਂਸ ਹੋਏਗਾ ਕਿਉਂਕਿ ਜੇਕਰ ਅਸੀਂ ਇਹਨਾਂ ਦੋ ਦੀ ਹੀ ਗੱਲ ਕਰੀਏ ਆਈਡੀਅਲਿਜ਼ਮ ਪੜ ਲਓ ਤੁਸੀਂ ਨੈਚੁਰਲਿਜ਼ਮ ਪੜ ਲਓ ਬਟ ਦੋਨਾਂ ਦੇ ਵਿੱਚ ਬਹੁਤ ਫਰਕ ਹੈ ਨੈਚੁਰਲਿਜ਼ਮ ਵਾਲੇ ਕੀ ਕਹਿੰਦੇ ਨੇ ਕਿ ਬੱਚੇ ਨੂੰ ਕੁਦਰਤ ਦੇ ਵਿੱਚ ਆਪਣੇ ਆਪ ਹੀ ਸਿੱਖਣ ਦਿਓ ਹੁਣ ਇਹ ਚੀਜ਼ਾਂ ਤਾਂ ਕਿਵੇਂ ਹੋਏਗਾ ਤਾਂ ਬਹੁਤ ਫਰਕ ਹੈ ਇਸ ਕਰਕੇ ਕੋਈ ਵੀ ਜਿਹੜਾ ਇੱਕ ਫਾਊਂਡੇਸ਼ਨ ਹੈ ਇਹਨਾਂ ਦੇ ਵਿੱਚੋਂ ਜੋ ਫਿਲਾਸੋਫੀਕਲ ਫਾਊਂਡੇਸ਼ਨ ਨੇ ਇੱਕ ਨੂੰ ਜ਼ਰੂਰ ਚੁਣਨਾ ਪਏਗਾ ਨੈਕਸਟ ਹੈ ਸੋਸ਼ੀਓਲੋਜੀਕਲ ਫਾਊਂਡੇਸ਼ਨ ਸਮਾਜ ਸ਼ਾਸਤਰੀ ਆਧਾਰ ਜੇਕਰ ਅਸੀਂ ਮਾਡਰਨ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਕਰਿਕੂਲਮ ਦਾ ਇਹ ਸੋਸ਼ੀਓਲੋਜੀਕਲ ਫਾਊਂਡੇਸ਼ਨ ਹੈ ਆਧਾਰ ਹੈ ਇਹਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਇਹਦੇ ਵਿੱਚ ਜਿਹੜੇ ਸਮਾਜਿਕਤਾ ਦੇ ਤੱਤ ਨੇ ਸਾਡੇ 엘িমੈਂਟਸ ਆਫ ਸੋਸ਼ੀਅਲਿਟੀ ਨੇ ਵਿਦਿਆਰਥੀਆਂ ਦੇ ਵਿੱਚ ਵਿਕਸਿਤ ਕਰਨੇ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਸਾਡਾ ਜਿਹੜਾ ਮੇਨ ਵਾ ਹੈ ਉਹ ਸੋਸਾਇਟੀ ਨਾਲ ਹੀ ਪੈਂਦਾ ਹੈ ਅਸੀਂ ਨੇ ਸੋਸਾਇਟੀ ਦੇ ਵਿੱਚ ਹੀ ਰਹਿਣਾ ਹੁੰਦਾ ਹੈ ਇਸ ਕਰਕੇ ਵਿਦਿਆਰਥੀਆਂ ਦੇ ਵਿੱਚ ਜਿਹੜੇ ਸੋਸ਼ੀਓਲੋਜੀ ਦੇ ਸੋਸ਼ੀਓਲੋਜੀਕਲ ਜਿਹੜੇ 엘ਿਮੈਂਟਸ ਨੇ ਉਹ ਵਿਕਸਿਤ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਇਹਦੇ ਕਰਕੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਸਮਾਜਿਕ ਵਿਗਿਆਨ ਨੇ ਤੇ ਹਿਮਨਿਟੀਜ਼ ਨੇ ਉਹਨਾਂ ਨੂੰ ਪਾਠ ਕਰਨ ਦੇ ਵਿੱਚ ਜਿਹੜਾ ਸਥਾਨ ਹੈ ਉਹ ਦਿੱਤਾ ਜਾਂਦਾ ਹੈ ਨੈਕਸਟ 3rd ਹੈ ਸਾਈਕੋਲੋਜੀਕਲ ਫਾਊਂਡੇਸ਼ਨਸ ਮਨੋਵਿਗਿਆਨਿਕ ਆਧਾਰ ਸਿੱਖਿਆ ਦਾ ਜਿਹੜਾ ਮਨੋਵਿਗਿਆਨਿਕ ਆਧਾਰ ਹੈ ਸਾਈਕੋਲੋਜੀਕਲ ਫਾਊਂਡੇਸ਼ਨ ਹੈ ਇਹਨੇ ਵੀ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਚਾਈਲਡ ਸੈਂਟਰਡ ਬਣਾਇਆ ਹੈ ਮੀਨਸ ਬੱਚਾ ਕੇਂਦਰਿਤ ਇਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਬੱਚੇ ਦੀਆਂ ਲੋੜਾਂ ਨੂੰ ਤੇ ਬੱਚੇ ਨੂੰ ਇੱਕ ਸੈਂਟਰ ਪੁਆਇੰਟ ਮੰਨ ਕੇ ਹੀ ਜਿਹੜਾ ਕਰਿਕੂਲਮ ਹੈ ਉਹ ਡਿਜ਼ਾਈਨ ਕਰਨਾ ਹੈ ਇਹਨੇ ਪਾਠਕਰਮ ਫਾਰਮੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹਦੇ ਉੱਪਰ ਆਪਣਾ ਬਹੁਤ ਇਫੈਕਟ ਪਾਇਆ ਹੈ ਤੇ ਇਸ ਤਰ੍ਹਾਂ ਹੀ ਬੱਚੇ ਦੀਆਂ ਜਿਹੜੀਆਂ ਸਾਈਕੋਲੋਜੀਕਲ ਨੀਡਸ ਨੂੰ ਪੂਰਾ ਕਰਨ ਦੇ ਲਈ ਪਾਠਕਰਮ ਦਾ ਆਧਾਰ ਇਨੂੰ ਬਣਾਉਣਾ ਜ਼ਰੂਰੀ ਹੈ ਨੈਕਸਟ ਹੈ ਸਾਇੰਟਿਫਿਕ ਫਾਊਂਡੇਸ਼ਨਜ਼ ਵਿਗਿਆਨਿਕ ਆਧਾਰ ਸਾਇੰਸ ਤੇ ਜਿਹੜੀ ਟੈਕਨੋਲੋਜੀ ਹੈ ਜਿਕਰ ਅਸੀਂ ਹੁਣ ਵਾਲੇ ਟਾਈਮ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਇਹਨੇ ਬਹੁਤ ਇਫੈਕਟ ਕੀਤਾ ਹੈ ਭਾਵੇਂ ਵਿਅਕਤੀ ਕਿੰਨਾ ਕੁ ਘੱਟ ਪੜਿਆ ਲਿਖਿਆ ਹੈ ਭਾਵੇਂ ਜ਼ਿਆਦਾ ਪੜਿਆ ਲਿਖਿਆ ਹੈ ਉਹ ਜਿਹੜੀ ਸਾਡੀ ਟੈਕਨੋਲੋਜੀ ਹੈ ਤੇ ਸਾਇੰਸ ਹੈ ਇਹਦੀ ਜਕੜ ਦੇ ਵਿੱਚ ਜ਼ਰੂਰ ਆਇਆ ਬੰਦਾ ਮੀਨਸ ਸਾਡੇ ਲਾਈਫ ਦੇ ਜਿਹੜਾ ਹਰੇਕ ਅਸਪੈਕਟ ਹੈ ਹਰੇਕ ਪੱਖ ਹੈ ਉਹਨੂੰ ਸਾਇੰਸ ਤੇ ਟੈਕਨੋਲੋਜੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਇਹਦੇ ਲਈ ਹੁਣ ਜਿਹੜਾ ਕਰੀਕੂਲਮ ਹੈ ਉਹਨੂੰ ਵੀ ਸਾਇੰਸ ਤੇ ਟੈਕਨੋਲੋਜੀ ਵਾਲੀ ਦਿਖ ਪ੍ਰਦਾਨ ਕਰਨ ਦੇ ਲਈ ਜਿਹੜੇ ਹਰ ਤਰ੍ਹਾਂ ਦੇ ਐਫਰਟਸ ਨੇ ਉਹ ਕੀਤੇ ਜਾਂਦੇ ਨੇ ਤੇ ਇਸ ਵਿਚਾਰ ਦੇ ਜਿਹੜੇ ਸਮਰਥਕ ਨੇ ਸਪੋਰਟਰਸ ਨੇ ਉਹ ਕੀ ਕਹਿੰਦੇ ਨੇ ਕਿ ਕਰੀਕੂਲਮ ਦੇ ਵਿੱਚ ਜਿਹੜੇ ਸਾਇੰਟੀਫਿਕ ਸਬਜੈਕਟਸ ਨੇ ਉਹਨਾਂ ਦੀ ਡੋਮਿਨੈਂਸ ਹੋਣੀ ਜ਼ਰੂਰੀ ਹੈ ਉਹਨਾਂ ਦੀ ਪਰਵੋਸਤਾ ਹੋਣੀ ਜ਼ਰੂਰੀ ਹੈ ਮੀਨਸ ਕਿ ਇਹਨਾਂ ਨੂੰ ਇਹਨਾਂ ਦੇ ਉੱਪਰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਸਾਰੀ ਜਿਹੜੀ ਸੋਸਾਇਟੀ ਹੈ ਉਹਨੇ ਸਾਇੰਸ ਤੇ ਟੈਕਨੋਲੋਜੀ ਨੂੰ ਇਦੀ ਐਜੂਕੇਸ਼ਨ ਲੈ ਕੇ ਹੀ ਜਿਹੜੀ ਤਰੱਕੀ ਹੈ ਉਹ ਕਰਨੀ ਹੁੰਦੀ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਆ ਕਿ ਇਹ ਜਿਹੜਾ ਟਾਪਿਕ ਹੈ ਫਾਊਂਡੇਸ਼ਨਸ ਆਫ ਕਰਿਕੂਲਮ ਤੁਹਾਨੂੰ ਵਧੀਆ ਤਰੀਕੇ ਨਾਲ ਕਲੀਅਰ ਹੋ ਗਿਆ ਹੋਵੇਗਾ ਫਿਰ ਵੀ ਜੇ ਤੁਹਾਨੂੰ ਕੁਝ ਲੱਗਦਾ ਹੈ ਕਿ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਥੈਂਕਸ ਫॉर ਵਾਚਿੰਗ